ਨਗਰ ਨਿਗਮ ਚੋਣਾਂ 2017 ਦੇ ਨਤੀਜੇ ਆ ਚੁੱਕੇ ਨੇ ਜਿਸ ਵਿੱਚ ਬੀਜੇਪੀ ਨੇ 184 ਸੀਟਾਂ ਨਾਲ ਬਾਜ਼ੀ ਮਾਰ ਲਈ ਹੈ ਜਦਕਿ ਆਮ ਆਦਮੀ ਪਾਰਟੀ 45 ਸੀਟਾਂ ਨਾਲ ਦੂਜੇ ਨੰਬਰ ਤੇ ਰਹੀ ਹੈ ਕਾਂਗਰਸ ਨੂੰ ਸਿਰਫ 30 ਸੀਟਾਂ ਮਿਲੀਆਂ 11 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਮਲੀਆਂ ਨੇ ਉਧਰ ਬੀਜੇਪੀ ਦੀ ਜਿੱਤ ਤੋਂ ਬਾਅਦ ਦਿੱਲੀ ਦੇ ਸੀਐਮ ਕੇਜਰੀਵਾਲ ਨੇ ਟਵੀਟ ਜ਼ਰੀਏ ਬੀਜੇਪੀ ਨੂੰ ਵਧਾਈ ਦਿੱਤੀ ਹਾਲਾਂਕਿ ਵਿਧਾਨ ਸਭਾ ਚੋਣਾਂ ਵਿੱਚ ਪ੍ਰਚੰਡ ਬਹੁਮਤ ਦੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੂੰ ਦਿੱਲੀ ਦੀ ਜਨਤਾ ਨੇ ਨਕਾਰ ਦਿੱਤਾ ਹੈ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਲਈ ਬੀਜੇਪੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਿੰਮੇਵਾਰ ਦੱਸਿਆ ਉਹਨਾਂ ਦਿੱਲੀ ਐਮਸੀਡੀ ਚੋਣ ਨਤੀਜਿਆਂ ਤੇ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਦੀ ਹਾਰ ਹੈ ਮੋਦੀ ਜੀ ਕੀ ਗਰੀਬ ਕਲਿਆਣ ਨੀਤੀਆਂ ਗਰੀਬੋਂ ਕੇ ਲਈ ਨਿਰੰਤਰ ਕਾਮ ਕਰਤੇ ਰਹੇ ਮੋਦੀ ਜੀ ਅਮਿਤ ਸ਼ਾਹ ਜੀ ਕੀ ਜੋ ਰਣਨੀਤੀ ਹੈ ਜੋ ਮਿਹਨਤ ਹੈ ਔਰ ਭਾਰਤੀ ਜਨਤਾ ਪਾਰਟੀ ਦਿੱਲੀ ਪ੍ਰਦੇਸ਼ ਕਾ ਮਿਹਨਤ ਔਰ ਦਿੱਲੀ ਵਾਸੀਓਂ ਕੀ ਲਗਨ ਉਸਕੇ ਕਾਰਨ ਇਹ ਜੀਤ ਹੋਈ ਹੈ